आ जाओ तुम भी आज प्रवीण का हाँ जी की हाल चाल ने सारे भैन भरावान दे अज अं चले सी गे नंबर प्लेट लवा गड्डी दे नवी गड्डी लेती सी महीना क पहला तो हम नंबर प्लेट लवा छड़नी है कि नंबर मिल गया पैसे पूसे लै गए गंजे के नंबर लैन दे हम जाके ना नंबर प्लेट लवाने बाद तो संपर्क के बच्च ही रहना गा इधर नाल माता जी जा रहे अच्छ तैयार हो रहे ने। हाँ जी अजक इदा बन गई कि दास नूं रेटे लेके जानी पैनी है। ये पिछे कारण यह बन गया कि बापू कहिंदा मैं कहिंदा नवीं गड्डी लेके जानी मंगदा आ मां ये तू फिर मंगदा आ फिर तू लै जा एड्डी की गल है ना तो तां करके बापू लेके दूजी जी ते नंबर लवाउणा ते आपां नूं लेके जानी पैनी अज रेट है जा ते लै माता बूट लिया दे ते फिट होके चलीए ओनू चला के इनू चलाने का पूरा जी नहीं करता के नहीं वा एदा ऐ जे लगदी वी आ आ किधर बह गए ना खटारा जी फीलिंग दे रही है इहदा तड़के मैं साफ सूफ करती मैं मारती पालच पूलच नहीं जमी बराल रहा जी इहदा कुत्ता यार डैडी नूं टाइम नहीं ना लगदा तां करके चक्कर पै जाणा बेरोजगार आदमी है मैं आपदे सूट आपदे आप देखो मेरे ते तुसी डिपेंड ना हो मैं ता ब्याह थोड़े तो करवाया मैं कि तुसी दे सूट ना मेरे कोले नहीं है मैं ता गरीब हां मैं चल फिर गोल गप्पे खवा दी गिर गई और फिर सूट दे वाल तेरे कात नहीं गोल गप्पे ਐਡੀ ਵੀ ਗੱਲ ਨਹੀਂ ਗੱਲ ਔਕਾਤ ਤੇ ਆ ਜਾਂਦੀ ਨੇ ਜਦੋਂ ਅਸੀਂ ਉਦੋਂ ਅਸੀਂ ਜ਼ਮੀਨ ਵੇਚ ਕੇ ਵੀ ਸੂਟ ਦਵਾ ਸਕਦੇ ਹੁੰਦੇ ਸੀ ਇਹ ਜੇ ਬੰਦੇ ਹੁੰਦੇ ਜੱਟ ਹੁੰਦੇ ਸੀ ਅਸੀਂ ਗੰਨਾ ਤਾਂ ਦਿੰਦੇ ਨਹੀਂ ਹੁੰਦੇ ਸੀ ਪਹਿਲੀ ਦਿੰਦੇ ਸੀ ਫਿਰ ਤਾਂ ਪਾਲੀ ਪੁੱਤਰ ਫੁੱਟ ਨਾਲ ਹੋ ਰਿਹਾ ਦਵਾਈ ਦਾ ਆਪਾਂ ਲੈਣ ਚੱਲੇ ਦਵਾਈ ਦਾ ਆਪਾਂ ਖਾ ਕੇ ਲੈ ਲਾਂਗੇ ਪਹਿਲਾਂ ਦਵਾਈ ਖਾ ਲੈ ਫਿਰ ਗੁਣ ਗੱਪੇ ਖਾ ਲਈ ਹੈ ਨਾ ਇਹ ਵੀ ਠੀਕ ਹੈ ਮਾਨਸਾ ਪਹੁੰਚ ਗਏ ਤੇ ਅੱਜ ਜਦੋਂ ਪੁਲ ਬਣਿਆ ਸੀ ਨਾ ਹੁਣ ਤਾਂ ਕੋਈ ਖਾਸ ਨਹੀਂ ਲੱਗਦਾ ਨਾ ਥਾਂ ਥਾਂ ਬਣ ਰਹੇ ਨੇ ਇਹ ਜਦੋਂ ਪੁਲ ਬਣਿਆ ਸੀ ਨਾ ਮੰਮੀ ਮੈਨੂੰ ਐਂ ਲੱਗਦਾ ਹੁੰਦਾ ਵੀ ਆ ਇਹ ਤਾਂ ਹੁਣ ਜਿਹੜੀ ਹੈ ਨਾ ਜਹਾਜ਼ ਨਾਲ ਫੀਲਿੰਗ ਬਹੁਤ ਲੈਤੀਆਂ ਇਹ ਪੁਲ 'ਤੇ ਅਤੇ ਇੱਥੇ ਅਸੀਂ ਉਹ ਵੇਚਣ ਆਏ ਗਿਰਾ ਨਰਮਾ ਵੇਚਣ ਆਏ ਉਰੇ ਮਖਾ ਲੈ ਪੁਲ ਤੋਂ ਤਾਂ ਰਾਈਡਰ ਹੀ ਨਹੀਂ ਚੜ੍ਹਦਾ ਮੈਂ ਪੁੱਠਾ ਮੁੜੂਗਾ ਪਰ ਕੱਥੇ ਮੁੰਡਾ ਤਾਂ ਕਹਿਣ ਸੀ ਊਂ ਬਸ ਹੈ ਨਾ ਪਹਿਲੇ ਸ਼ੁਰੂ ਸ਼ੁਰੂ 'ਤੇ ਹੁੰਦਾ ਉਹ ਡਰ ਜਿਹਾ ਹੁੰਦਾ ਨਾਲੇ ਚਾਅ ਜਿਹਾ ਹੁੰਦਾ ਉਹ ਚੀਜ਼ ਸੀ ਜਾ ਕੇ ਬਸ ਲਵਾਉਣੇ ਨੰਬਰ ਡੈਡੀ ਨੂੰ ਕਰਤਾ ਫੋਨ ਆਉਂਦਾ ਨੰਬਰ ਯਾਰ ਵਧੀਆ ਨਹੀਂ ਮਿਲਿਆ ਭੈਣ ਯਾਰ ਦਾ ਪੀ ਵੀ 31 ਲਵਾਉਣਾ ਸੀਗਾ ਉਹਨਾਂ ਨੇ ਟੈਕਸ ਭਰਤਾ ਸਾਲਾ ਉੱਧਰ ਚੱਕਰ ਪੈ ਗਿਆ ਹੁਣ ਨਹੀਂ ਪੀ ਵੀ 31 ਲਵਾਉਂਦੇ ਵਧੀਆ ਅਤੇ ਹੁਣ ਪੀ ਵੀ 31 ਲੱਗ ਗਿਆ ਨਹੀਂ ਆਪਣੇ ਯਾਰ ਸਾਲਾ ਸਿਆਪਾ ਪੈ ਗਿਆ ਹੁਣ ਬੇਕਾਰ ਜਿਹਾ ਲਾਉਣਗੇ ਚੱਲ ਫਿਰ ਮਹਾਂ ਨੰਬਰ 'ਚ ਕਿਹੜਾ ਪਾ ਕੇ ਖਾਣਾ ਹੈ ਨਾ ਗੱਡੀ ਵਧੀਆ ਮਿਲ ਜੇ ਨੰਬਰ ਦਾ ਕੀ ਹੈ ਚੱਲ ਕੋਈ ਗੱਲ ਨਹੀਂ ਸਾਰ ਲਾਏ ਹੋਰ ਕੀ ਆ ਗੱਲ ਕਰ ਸਾਲੇ ਨਾਲੇ ਪੈਸੇ ਲਾਉਣੇ ਪੈ ਗਏ ਨਾਲੇ ਵਧੀਆ ਨਹੀਂ ਨੰਬਰ ਮਿਲਿਆ ਚੱਕਰ ਆਇਆ ਕੋਈ ਜਿੰਦਾਬਾਦ ਹੋ ਰਹੀ ਆ ਗਏ ਅਤੇ ਆਪਾਂ ਨੂੰ ਆਪਣੀ ਗੱਡੀ ਨਸੀਬ ਹੋ ਗਈ ਅਤੇ ਹੁਣ ਬਾਪੂ ਕਹਿੰਦਾ ਸਾਈਡ 'ਤੇ ਲਾ ਕੇ ਪੁੱਛ ਕੇ ਆਉਣਾ ਵੀ ਕਿੱਥੋਂ ਕੁਛ ਲੱਗੂ ਹੈ ਨਾ ਹਿਸਾਬ ਕਿਤਾਬ ਸਰ ਅੰਦਰ ਗੱਡੀਆਂ ਹੋਰ ਵੀ ਖੜੀਆਂ ਉਹ ਇੱਕ ਰੀਟਾ ਖੜੀ ਆ ਇੱਕ ਭੈਣ 'ਚੋਂ ਡਬਲ ਸ਼ੇਡ ਵਾਲੀ ਜਿਹੜੀ ਕਾਲੀ ਅਤੇ ਚਿੱਟੀ ਹੁੰਦੀ ਆ ਉਹ ਤੁਹਾਨੂੰ ਦਿਖਾਉਣ ਅੰਦਰ ਆ ਕੇ ਬਹੁਤ ਘੈਂਟ ਲੱਗਦੀ ਗੱਡੀ ਯਾਰ ਉਹ ਵੀ ਅਤੇ ਬਾਕੀ ਆਪਣੇ ਵਾਲੀ ਤਾਂ ਗੱਲਬਾਤ ਤਾਂ ਇੰਡੀ ਆ ਨਾ ਤੁਹਾਨੂੰ ਪਤਾ ਹੀ ਆ ਇਹਦਾ ਤਾਂ ਡੀ ਕੱਟ ਸਟੇਅਰਿੰਗ ਵੀਲ ਹੈ ਡੀ ਕੱਟ ਸਟੇਅਰਿੰਗ ਵੀਲ ਹੈ ਇਹਦਾ ਗੇਅਰ ਕੱਟ ਦਿੰਦੇ ਨਾ ਜਦੋਂ ਪਤਾ ਵੀ ਆ ਚੱਲਦਾ ਰਹਿੰਦਾ ਹੁਣ ਜਾ ਕੇ ਨੰਬਰ ਨੰਬਰ ਲਵਾਉਂਦੇ ਹਾਂ
क्या उस्ताद की जे पी एन है नंबर लाना है एक होर गड्डी खड़ी है ना मूरे ओ केड़ी है की ओ होगी काली जी हां हां काली जी चिट्टी काली जी चिट्टी हां हां दुनिया का करना अच्छा ओ देख के चला रहे जी अलका यार गड्डी सी कल दिखाने आना विस्तार पूर्वक जानकारी दिने बाइया गल भी करवावे बिच की फीचर ने बड़े फीचर ने बड़ी घेंट गड्डी है कल दिखावे सू आटो मूड नाले नाले दूजी अंदरों इन्नी घेंट ना गल ही छड़ दे कल दिखावे तो तुम मेरा भरा सबसक्राइब कर दो जो घेंट लगी गलबात कल बड़ी सिरा लावे बस तुम सबसक्राइब कर लो।